ਓਏ ਬਾਹਰ ਆ ਜਾਓ ਵੀ ਓਏ ਓ ਲੈਕਚਰ ਲਾਉਣ ਦੀ ਕਿਸੇ ਨੂੰ ਲੋੜ ਨਹੀਂ ਯਾਰ ਕਲਾਸੋਂ ਬਾਹਰ ਦੀ ਟੀਮ ਆਈ ਹੈ ਆ ਜਾਓ ਬਾਹਰ ਆ ਜਾਓ ਹੋ ਕਹਿੰਦਾ ਤੂੰ ਸੋਹਣੀ ਹੋ ਤੇਰਾ ਰੂਪ ਸੋਹਣਾ ਪਰ ਤੂੰ ਸੋਹਣੀ ਨਹੀਂ ਕਹਾ ਸਕਦੀ ਹੋ ਇੱਕ ਉਹ ਸੋਹਣੀ ਸੀ ਜਿਹੜੀ ਦਰਿਆ ਪਾਰ ਕਰਕੇ ਆ ਜਾਂਦੀ ਸੀ ਤੇ ਤੂੰ ਮੇਰੇ ਲਈ ਇੱਕ ਲੈਕਚਰ ਛੱਡ ਕੇ ਨਹੀਂ ਆ ਸਕਦੀ ਉਹ ਕਹਿੰਦੀ ਮੈਂ ਸੋਹਣੀ ਉਹ ਮੇਰਾ ਰੂਪ ਸੋਹਣਾ ਮੈਂ ਸੋਹਣੀ ਤਾਂ ਕਹਾ ਸਕਦੀ ਪਰ ਤੇਰੇ ਇੱਕ ਰਾਂਝੇ ਲਈ ਕਲਾਸ ਦੇ 25 ਮਹੀਵਾਲ ਨਹੀਂ ਛੱਡ ਕੇ ਆ ਸਕਦੀ ਹਾਂਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਜ਼ਰਾਂ ਲੈ ਕੇ ਨਵਾਂ ਨਕੋਰ ਘੈਂਟ ਜਿਹਾ ਸ਼ੋਅ ਤੇ ਸ਼ੋਅ ਦਾ ਨਾਮ ਹੈ ਯਾਰ ਉਹ ਖਿੱਚ ਕੇ ਯਾਰ ਤੇ ਅਸੀਂ ਅੱਜ ਪੁੱਜੇ MMPG ਕਾਲਜ ਫਤਿਹਾਬਾਦ ਸ਼ਹਿਰ ਤੇ ਹਰਿਆਣਾ ਦੇ ਵਿੱਚ ਵਸਦਾ ਤੇ ਅੱਜ ਅਸੀਂ ਕਰਾਂਗੇ ਮੁੰਡਿਆਂ ਨਾਲ ਵੀ ਕੁੜੀਆਂ ਨਾਲ ਵੀ ਗੱਲਾਂ ਬਾਤਾਂ ਘੈਂਟ ਘੈਂਟ ਜੀਆਂ ਪੂਰਾ ਇੰਜੋਏ ਹੋਊਗਾ ਪੂਰਾ ਫਨ ਹੋਊਗਾ ਜੁੜੇ ਰਹੇ ਸਾਡੇ ਨਾਲ ਪਹਿਲੇ ਜਵਾਕ ਨਾਲ ਗੱਲ ਕਰਦੇ ਹਾਂ ਭੀੜ ਛੱਡ ਕੇ ਆਇਆ ਮੁੰਡਾ ਹਾਂਜੀ ਕੀ ਹਾਲ ਚਾਲ ਜੀ ਚਲੋ ਠੀਕ ਹੈ ਤੇ ਫਿਰ ਸ਼ਾਇਰੀ ਸੁਣਾਓ ਫਿਰ ਮਾਈਕ ਫੜੋ ਆ ਜਿਹੜੇ ਦੂਰ ਖੜੇ ਜੀ ਉਹਨਾਂ ਵਾਸਤੇ ਨੇ ਹਾਂਜੀ ਯੂ ਨਾ ਰਹਿ ਰਹਿ ਕਰ ਹਮੇ ਤੜਪਾਈਏ ਆਈਏ ਆ ਜਾਈਏ ਆ ਜਾਈਏ ਸਾਡਾ ਇਸ਼ਕ ਜਵਾਨ ਹੋ ਗਿਆ ਤੁਰ ਕੇ ਵੱਟਾਂ ਤੇ ਤੂੰ ਵੀ ਸ਼ਹਿਰ ਨੇ ਗਾ ਦੇ ਕੋਈ ਗੀਤ ਨੀ ਜੱਟਾਂ ਤੇ ਗੀਤ ਗੂਤ ਜੇ ਸੁਣ ਕੇ ਚਿੱਤ ਪਰਚਾਈ ਜਾਂਦੇ ਆ ਮੂਰਤ ਤੇਰੀ ਮੋਟਰ ਉੱਤੇ ਲਾਈ ਜਾਂਦੇ ਤੁਰਦੀ ਫਿਰਦੀ ਗੇੜਾ ਇਸ਼ਕਪੁਰੇ ਵਿੱਚ ਲਾ ਜਾਵੀ ਹੁਣ ਜਦ ਵੀ ਆਉਣਾ ਕਮਲੀਏ ਬਸ ਪੱਕੀ ਹੋ ਆ ਜੀ ਖਿੱਚ ਕੇ ਮੁੰਡੇ ਵਾਸਤੇ ਜ਼ੋਰਦਾਰ ਤਾੜੀਆਂ ਵਜਾਓ ਹਾਂਜੀ ਹੁਣ ਅਗਲਾ ਜੀ ਸਰਦਾਰ ਸਾਹਿਬ ਗਾਣਾ ਸੁਣਾਉਣ ਜਾ ਰਹੇ ਸੀ ਇੱਥੇ ਆ ਜਾ ਵੀ ਜ਼ੋਰਦਾਰ ਤਾੜੀਆਂ ਮੁੰਡੇ ਵਾਸਤੇ ਕੀ ਨਾਮ ਆਪਣਾ ਦਸਤਾਰ ਬਹੁਤ ਸੋਹਣੀ ਸਜਾਈ ਹੈ ਮਿਹਰਬਾਨੀ ਤੁਸੀਂ ਸਾਡੇ ਵਿੱਚ ਇੱਥੇ ਗੱਲ ਕਰਨ ਆਏ ਖੁੱਲਾ ਸਮਾਂ ਕੱਢ ਕੇ ਵੀਰਵਾਰ ਦਾ ਦਿਨ ਛੱਡ ਕੇ ਕਿਉਂਕਿ ਅੱਜ ਮੰਗਲਵਾਰ ਹੈ ਅੱਛਾ ਜੀ ਸੁਣਾਓ ਫਿਰ ਕਿਹੜਾ ਗਾਣਾ ਸੁਣਾਓਗੇ ਤੁਸੀਂ ਓ ਕਿੱਦਾਂ ਤੂੰ ਕੱਟੇਂਗੀ ਸਾਡੇ ਘਰ ਸੋਹਣੀਏ ਸੋਚ ਸੋਚ ਲੱਗਦਾ ਏ ਡਰ ਸੋਹਣੀਏ ਰੋਜ਼ ਸ਼ਾਮੀ ਬੋਤਲਾਂ ਦੇ ਡੱਟ ਹੁੰਦੇ ਨੇ ਪੁੱਛੀ ਬੇਬੇ ਕੋਲੋਂ ਕਿੱਦਾਂ ਦਿਨ ਕੱਟ ਹੁੰਦੇ ਨੇ ਬੇਬੇ ਕੋਲੋਂ ਕਿੱਦਾਂ ਦਿਨ ਕੱਟ ਹੁੰਦੇ ਨੇ ਕਿਉਂਕਿ ਮੈਂ ਸ਼ਰਾਬੀ ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ ਆਪਾਂ ਸਾਰੇ ਸ਼ਰਾਬੀ ਮੈਂ ਸ਼ਰਾਬੀ ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ ਆਪਾਂ ਸਾਰੇ ਸ਼ਰਾਬੀਆਂ ਸੱਚੀ ਗੱਲ ਨਹੀਂ ਜੀ ਦੇਖੀ ਭਾਈ ਮੁੰਡੇ ਦੇ ਪੂਰੇ ਤੜ ਹੋ ਗਏ ਸੀ ਕਹਿੰਦੇ ਵੀ ਪ੍ਰੋਗਰਾਮ ਬਣੂ ਅੱਜ ਇੱਥੇ ਸ਼ਾਮ ਦਾ ਪਿਓ ਵੀ ਸ਼ਰਾਬੀ ਆ ਦਾਦਾ ਵੀ ਸ਼ਰਾਬੀ ਪਰ ਮੈਂ ਨਹੀਂ ਆਏ ਹਾਏ ਹਾਏ ਦਸਤਾਰ ਦੱਸ ਰਹੀ ਵੀ ਤੁਸੀਂ ਸ਼ਰਾਬੀ ਨਹੀਂ ਹੋ ਤੇ ਕਲਾਸ ਦੇ ਵਿੱਚੋਂ ਕਦੇ ਬਹਾਨਾ ਮਾਰਿਆ ਕੋਈ ਇਹੋ ਜਿਹਾ ਯਾਰ ਵੀ ਮੈਡਮ ਜੀ ਮੈਨੂੰ ਬਾਹਰ ਜਾ ਲੈਣ ਦੋ ਕੋਈ ਇਹੋ ਜਿਹਾ ਬਹਾਨਾ ਮਾਰਿਆ ਹੋਵੇ ਤੇ ਮੰਨ ਲਓ ਕਲਾਸ ਵੀ ਹੱਸ ਪਈ ਹੋਵੇ ਮੈਂ ਕਲਾਸ 'ਚ ਵੜਿਆ ਨਹੀਂ ਬਈ ਆਹ ਵੀ ਬਹੁਤ ਵੱਡੀ ਗੱਲ ਹੈ ਵੀਰੇ ਇੱਕ ਸਰੋਪਾ ਲੈ ਕੇ ਆਓ ਬਾਈ ਜੀ ਨੂੰ ਸਨਮਾਨ ਕਰਦੇ ਆਪਾਂ ਠੀਕ ਹੈ ਚਲੋ ਵੀਰੇ ਥੈਂਕ ਯੂ ਸੋ ਮਚ ਹਾਂਜੀ ਨੈਕਸਟ ਇੱਥੇ ਸਭ ਤੋਂ ਚੰਗੀ ਗੱਲ ਮੈਨੂੰ ਇਹ ਲੱਗੀ ਇਸ ਹਰਿਆਣਾ ਦੇ ਵਿੱਚ ਵਸਦੇ ਕਾਲਜ ਦੇ ਵਿੱਚ ਵੀ ਦਸਤਾਰਾਂ ਬਹੁਤ ਨੇ ਬਹੁਤ ਮੁੰਡਿਆਂ ਨੇ ਦਸਤਾਰਾਂ ਸਜਾਈ ਹੋਈਆਂ ਸੋ ਸਾਰੇ ਜਿੰਨੇ ਨੇ ਦਸਤਾਰ ਸਜਾਈ ਹੈ ਭਾਵੇਂ ਨਹੀਂ ਸਜਾਈ ਪਰ ਇਹਨਾਂ ਸਰਦਾਰਾਂ ਵਾਸਤੇ ਤਾੜੀਆਂ ਹੋ ਜਾਣ ਦੀ ਬਹੁਤ ਕੀ ਨਾਮ ਜੀ ਆਪਣਾ ਖੁਸ਼ਦੀਪ ਹੈ ਜੀ ਹਾਂਜੀ ਖੁਸ਼ਦੀਪ ਜੀ ਖੁਸ਼ ਕਿੰਨਾ ਕਰਨੇ ਹੋ ਪੂਰੀ ਰਹੀਦਾ ਜੀ ਅੱਜ ਕੱਲ ਕਲਾਸ ਦੇ ਵਿੱਚ ਵੀ ਜਨਤਾ ਨੂੰ ਖੁਸ਼ ਰੱਖਦੇ ਹੋ ਹਾਂਜੀ ਹਾਂਜੀ ਸਾਰੇ ਖੁਸ਼ ਰੱਖੀਦੇ ਆ ਯਾਰ ਮਿੱਤਰ ਪੂਰੇ ਹਾਂਜੀ ਗਾਣੇ ਸੁਣਾ ਕੇ ਕੋਈ ਟਚਕਲੇ ਸੁਣਾ ਕੇ ਗਾਣੇ ਵੀ ਸੁਣਾ ਦੇਈਦੇ ਆ ਜਿਹੜਾ ਆਉਂਦਾ ਸੱਪ ਕੱਢ ਦੇਈਦਾ ਬਸ ਕੱਢੋ ਸੱਪ ਗਾਣਾ ਗਾ ਦਿੰਨੇ ਆ ਹਾਂਜੀ ਲਓ ਹੋ ਜੰਗਲਾਂ ਚ ਪੈਂਦੀਆਂ ਨੀ ਬੋਟਾਂ ਮਿੱਠੀਏ ਤੇ ਹੈਬਟਾਂ ਨਾ ਕਰੇ ਜਾਏ ਚੇਂਜ ਬੱਲੀਏ ਤੇ ਟਾਡੇ ਵਾਲੀ ਅੜੀ ਉੱਤੇ ਨੀ ਹਿੱਕਾਂ ਉੱਤੇ ਝਾੜ ਦਈਏ ਰੇਂਜ ਬੱਲੀਏ ਇੱਕ ਹੋਰ ਸੁਣਾਊਗਾ ਹੁਣ ਆਜਾ ਲਲਕਾਰਾ ਮਰਵਾਇਆ ਰੁਪਈਏ 10-10 ਦਿੱਤੇ ਸਾਰਿਆਂ ਨੂੰ ਮੈਂ ਹੁਣ ਦੇ ਪਰਿਵਾਰ ਚ ਕੌਣ ਕੌਣ ਹੈ ਸਾਰੇ ਹੈ ਜੀ ਬੇਬੇ ਬਾਪੂ
ਇੱਕ ਭਰਾ ਹੈਗਾ, ਬਾਕੀ ਵੱਡੀ ਫੈਮਿਲੀ ਹੈ ਜੀ, ਵੱਡੀ ਫੈਮਿਲੀ ਹੈ, ਚਾਚਾ ਤਾਏ ਵੀ ਹਾਂ ਜੀ, ਚਾਚਾ ਤਾਏ ਵੀ ਹੈ, ਕਦੇ ਉਹ ਗਾਣਾ ਤਾਂ ਨਹੀਂ ਗਾਉਂਦੇ ਚਾਚੇ ਮਾਮਿਆਂ ਦੇ ਸਿਰ ਤੇ ਨਹੀਂ ਬਣਿਆ ਅਸੀਂ ਆਪ ਬਣਿਆ, ਉਹ ਗਾਣਾ ਤਾਂ ਨਹੀਂ ਗਾਉਂਦੇ, ਠੀਕ ਹੈ, ਮੈਂ ਸਿੱਧੂ ਮੂਸੇਵਾਲੇ ਦੇ ਫੈਨ, ਕਦੇ ਉਹ ਗਾਣਾ ਵੀ ਗਾਉਂਦੇ, ਉਹ ਆਪਦੇ ਸਿਰ ਤੇ ਬਣਾਂਗੇ ਜੀ, ਘਰ ਦੇ ਵਿੱਚ ਵੱਡਾ ਸਰਦਾਰ ਕੌਣ ਹੈ, ਮਤਲਬ ਚੱਲਦੀ ਕਿਹਦੀ ਹੈ, ਚੱਲਦੇ ਤਾਂ ਤਾਏ ਦੀ ਹੈ ਜੀ, ਅਜੇ ਬਾਪੂ ਹੈਗਾ ਜੀ, ਬਾਪੂ ਹੈਗਾ, ਬਾਪੂ ਫਿਰ ਕੱਢਦਾ ਗਾਲਾ ਗੋਲਾ, ਹਾਂਜੀ ਹਾਂਜੀ, ਵਾਧੂ ਗਾਲਾ ਵਾਧੂ ਕੱਢਦਾ, ਕਦੇ ਕੋਈ ਗਾਲ ਕੱਢੀ ਹੋਵੇ ਲੇਟੈਸਟ ਗਾਲ ਨਹੀਂ ਸੁਣਾਉਣੀ, ਇੱਥੇ ਕਿਹੜੀ ਗੱਲ ਵਿੱਚ ਲੜਾਈ ਹੋਈ ਸੀ, ਲੜਾਈ ਤਾਂ ਇਹ ਕੰਮ ਧੰਦੇ ਨਾ ਕਰਾਂਗੇ, ਸਾਰਾ ਦਿਨ ਫੋਨ ਤੇ ਲੱਗਾਂਗੇ, ਗਾਲਾਂ ਤਾਂ ਨਿਕਲਦੀਆਂ ਆ ਜੀ, ਫੋਨ ਤੇ ਗੇਮ ਗੂਮ ਖੇਡਦੇ, ਹਾਂਜੀ ਪੱਬ ਜੀ ਖੇਡੀ ਦੀ, ਇਹ ਪੱਬ ਜੀ ਦੇ ਮਾਂਜੇ ਹੋਇਆ ਬਾਈ, ਆ ਮੁੰਡੇ ਲਈ ਜ਼ੋਰਦਾਰ ਤਾੜੀਆਂ, ਠੀਕ ਹੈ ਜੀ, ਥੈਂਕ ਯੂ, ਅਗਲਾ 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 ਜੀ, ਕੋਈ ਕੀ ਨਾਮ ਆਪਣਾ, ਸੈਮ ਨਾਮ ਹੈ ਜੀ ਆਪਣਾ, ਹਾਂਜੀ ਸੈਮ, ਕਿੱਥੋਂ, ਬਿੱਗੜ ਤੋਂ ਜੀ, ਬਿੱਗੜ ਤੋਂ, ਹਾਂ ਲਾਗੇ ਪੈਂਦਾ, ਹਾਂ ਇੱਧਰ ਇੱਧਰ ਬਿਲਡਿੰਗ ਹੈ ਇੱਧਰ, ਹਾਂ ਇੱਧਰ, ਅੱਛਾ ਅੱਛਾ, ਪਰਿਵਾਰ ਚ ਕੌਣ ਕੌਣ, ਸਾਰੇ ਸਾਰੇ, ਮਤਲਬ ਇਹਨਾਂ ਸੋਚ ਕੇ ਕਿਉਂ ਦੱਸਿਆ, ਆਧਾਰ ਕਾਰਡ ਦੇਖਣ ਲੱਗੇ ਸਾਰੇ, ਮੈਂ ਯਾਦ ਕਰਨ ਲੱਗਿਆ, ਅੱਛਾ ਅੱਛਾ, ਫੈਮਿਲੀ ਵੱਡੀ ਹੋ ਗਈ, ਅੱਛਾ ਆਧਾਰ ਕਾਰਡ ਚ ਫੋਟੋ ਸਾਫ ਹੈ, ਹਾਂ ਹਾਂ ਵਧੀਆ, ਸੌਂਗਾ ਵਧੀਆ ਵਧੀਆ, ਗੁੰਮ ਹੋ ਗਿਆ ਨਾ, ਆਧਾਰ ਕਾਰਡ ਗੁੰਮ ਹੋ ਗਿਆ, ਹਾਂ ਹਾਂ, ਗਰਲਫ੍ਰੈਂਡ, ਗਰਲਫ੍ਰੈਂਡ ਲੱਗਦਾ ਦੇਖ ਕੇ, ਕੋਈ ਪਤਾ ਨਹੀਂ, ਉਹ ਕਹਿੰਦੇ ਨਹੀਂ ਹੁੰਦੇ, ਮੈਨੂੰ ਕਹਿਣੀ ਤਾਂ ਨਹੀਂ ਚਾਹੀਦੀ, ਪਰ ਤੇਰੇ ਤੇ ਗੱਲ ਟੁੱਕਦੀ ਹੈ ਅੱਧੀ ਬੁੱਧੀ, ਕਹਿੰਦਾ ਵਾਹ ਰੱਬਾ ਤੇਰੀਆਂ ਬੇਪਰਵਾਹੀਆਂ, ਉਹ ਖੋਤੇ ਖਾਣ ਮਲਾਈਆਂ, ਚੱਲ ਕੋਈ ਗੱਲ ਨੀ ਕੋਈ ਗੱਲ ਨੀ, ਹਾਸੀਆਂ ਖੇਡੀਆਂ, ਗੁੱਸਾ ਨਾ ਕਰ ਜੀ, ਕਦੇ ਮੈਂ ਬਾਹਰ ਬਾਹਰ ਜਾਣ ਲੱਗਾ, ਕਦੇ ਮੈਨੂੰ ਡੇਗ ਲਿਓ, ਨਾ ਨਾ ਨਾ, ਹਾਂ ਤਾਂ ਸੁਣਾ, ਕੀ ਸੁਣਾਏਗਾ, ਅੰਗਰੇਜ਼ੀ ਸੁਣਾਉਂਗਾ, ਅੰਗਰੇਜ਼ੀ ABC, ਹਾਂ ਹਾਂ ABC, ਸੁਣਾ ਫਿਰ ਸੁਣਾਵਾ, ਇੱਥੋਂ ਫੜ ਮਾਈਕ, ਇੱਥੇ ਸੁਣਾਵਾ, ਆਵਾਜ਼ ਪਹੁੰਚ ਜੂਗੀ ਸਾਰੇ, ਪਹੁੰਚ ਜੂਗੀ, ਤੂੰ ਖਿੱਚ ਕੇ ਤਾੜੀਆਂ ਮਾਰ ਦੋ ਗੱਭਰੂ ਵਾਸਤੇ, ਫਸਟ ਆਫ ਆਲ ਆਈ ਵਾਂਟ ਟੂ ਟੈਲ ਯੂ ਸਮਥਿੰਗ ਅਬਾਊਟ ਦੀ ਨਿਊ ਬਿਗ ਅਪਰਚੁਨਿਟੀ ਮੈਨ ਦੀ ਵਰਲਡ ਹੈਵੀ ਚੈਂਪੀਅਨ ਦੀ WWE ਸੁਪਰਸਟਾਰ ਦੀ ਵਨ ਐਂਡ ਓਨਲੀ ਸੈਮ 113, ਵੀਡੀਓ ਦੇਖੋ ਫ੍ਰੀ ਔਨ ਮਾਈ YouTube ਚੈਨਲ ਸੈਮ 113, ਮੈਂ ਆਪਣੇ YouTube ਚੈਨਲ ਦਾ ਪ੍ਰਮੋਸ਼ਨ ਕੀਤਾ ਜੀ, ਸੈਮ 113 ਸਾਰੇ ਸਬਸਕ੍ਰਾਈਬ ਕਰ ਦਿਓ, ਠੀਕ ਹੈ, ਕੈਮਰੇ ਵਾਲੇ ਵੀ ਕਰ ਦਿਓ ਸਾਰੇ, ਸਹੀ ਦੱਸੀ, ਸਹੀ ਦੱਸੀ ਇੱਕ ਗੱਲ, ਕਿੰਨੇ ਦਿਨ ਲੱਗੇ ਰੱਟਾ ਮਾਰਨ ਚ, ਸਾਲ ਹੋ ਗਿਆ ਜੀ, ਸਾਲ ਹੋ ਗਿਆ ਨਾ, ਮਿਹਨਤ ਬੋਲਦੀ ਆ ਮੁੰਡੇ ਦੀ, ਗੱਭਰੂ ਨੂੰ ਮਿਹਨਤ ਕਰਦਾ ਅੰਗਰੇਜ਼ੀ ਤੇ, ਇੱਕ ਵਾਰੀ ਹੋਰ ਬੋਲਦਾ, ਹਾਂ ਹੁਣ ਦੇ, first of all I want to tell you something about the new big opportunity man in the world heavy champion the WWE superstar the one and only Sam 113, video dekho free on my YouTube channel Sam 113, subscribe kar dio sare, ek ek karke ek ek rupiya dio sare, oh theek theek, jo marzi kar mere boot tan latad yaar, sorry yaar, khade pair piye laaya main, pata kinne ਇਹ ਤੇ ਪੇਮੈਂਟ ਲੱਗ ਗਈ ਆਪਣੀ 11,750 ਰੁਪਏ 650 ਦੇ, ਠੀਕ ਹੈ ਨਾ, ਕੱਢਿਆ, ਹਾਂ ਵਧੀਆ, ਕਲਾਸ ਦੇ ਵਿੱਚੋਂ ਜਦੋਂ ਤੈਨੂੰ ਕੱਢਿਆ ਗਿਆ ਕਹਿੰਦੇ ਕਿ ਆਪ ਨਿਕਲਿਆ, ਸਾਰੇ ਕੱਢਦੇ ਹੀ ਮੈਨੂੰ, ਤੇਰਾ ਬਣਦਾ ਵੀ ਹੈ, ਦੇਖਦੇ ਸਭ ਨੂੰ ਅੰਗਰੇਜ਼ੀ ਬੋਲਦਾ ਨਾ, ਤੇਰਾ ਬਣਦਾ, ਪਰਿਵਾਰ ਚ ਕੌਣ ਕੌਣ ਹੈ, ਮੰਮੀ ਵੱਡਾ ਭਰਾ ਤੇ ਮੈਂ, ਦੱਸ ਰਾਸ਼ਨ ਕਾਰਡ ਦੇ ਫੋਟੋ ਸਾਫ਼ ਹੈ, ਨਾ ਰਾਸ਼ਨ ਕਾਰਡ ਤੇ ਹੈਗੀ ਨੀ, ਹੈਗੀ ਨੀ, ਫਿਰ ਤੇਰੇ ਵਾਸਤੇ ਗਲਤ ਗੱਲ ਹੈ, ਫੋਟੋ ਛਪਾ ਨਾਲ ਵਿਆਹ ਕਰਾ ਤੇ ਇੱਕ ਵੋਟੀ ਨਾਲ ਫੋਟੋ ਲਵਾ ਫਿਰ ਪਰਿਵਾਰ ਬਣਾ ਫਿਰ ਬੋਲੀ ਅੰਗਰੇਜ਼ੀ, ਸ਼ਾਬਾਸ਼, ਚਲੋ ਹਾਂਜੀ ਅਗਲਾ ਅਗਲਾ ਗੱਭਰੂ, ਆ ਗੱਭਰੂ ਵਾਸਤੇ ਜ਼ੋਰਦਾਰ ਤਾੜੀਆਂ, ਇੰਨੀ ਭੀੜ ਛੱਡ ਕੇ ਨਿਕਲ ਕੇ ਆਇਆ, ਐ ਖੜ ਆ ਮੁੰਡੇ, ਐ ਖੜ, ਐ ਖੜ, ਖੜ ਗਿਆ ਇੱਥੇ ਤੱਕ, ਆ ਮਾਈਕ ਫੜ, ਕੀ ਹਾਲ ਚਾਲ, ਵਧੀਆ ਵਧੀਆ, ਕਿੱਥੋਂ, ਖਜੂਰੀ ਤੋਂ, ਖਜੂਰੀ ਜੱਟੀ, ਹਾਂਜੀ, ਆਏ ਹਾਏ ਹਾਏ ਹਾਏ, ਪਰਿਵਾਰ ਚ ਕੌਣ ਕੌਣ ਹੈ, ਮੈਂ ਬੇਬੇ ਬਾਪੂ ਤੇ ਭੈਣ, ਅੱਛਾ ਕਿਹੜੀ ਕਲਾਸ ਚ ਪੜ੍ਹਦੇ, ਇੱਥੇ BA ਫਸਟ ਇਅਰ, BA ਫਸਟ ਇਅਰ, ਪਹਿਲਾ ਸਾਲ ਹੀ ਹੈ, ਹਾਂਜੀ, ਕੋਈ ਬਣੀ ਬੁਣੀ ਗੱਲ, ਨਾ ਜੀ, ਹੈ ਨਾ ਕਿਉਂ ਨਾ, ਰੋਜ਼ ਨਾ ਜਮਾ ਹੀ ਨਹੀਂ, ਤਾਂ ਹੀ ਤਾਂ ਬਣਦੀ ਨਹੀਂ, ਤੂੰ ਸਵੇਰੇ ਉੱਠਦੇ ਸਰ ਸਾਬਣ ਦੇ 2 ਕੋਟ ਲਾ ਕੇ ਆਇਆ ਕਰ, ਠੀਕ ਹੈ, ਪਹਿਲਾ ਕੋਟ ਬਾਬੇ ਨਾਮ ਦਾ, ਦੂਜਾ ਆਪਾਂ ਬਿਊਟੀ ਦੇ ਨਾਮ ਦਾ, ਠੀਕ ਹੈ, ਕਲਾਸ ਦੇ ਵਿੱਚ ਤੈਨੂੰ ਕਦੇ ਕੱਢਿਆ ਗਿਆ ਹੋਵੇ, ਬੜਾ ਹੀ ਕੌਣ ਸੀ ਕਲਾਸ, ਕਲਾਸ ਦੇ ਵਿੱਚ ਪਤੰਦਰ ਕੋਈ ਨਹੀਂ ਜਾਂਦਾ ਮੈਨੂੰ ਲੱਗਦਾ, ਹੈ ਨਾ ਜੀ, ਸਪਲੀਆਂ ਕਿੰਨੀਆਂ ਨੇ, ਸਪਲੀ ਸੁਪਲੀ ਅੱਜ ਹੀ 5 ਹੈ, ਸਾਫ ਹੈ ਕੰਮ, ਸਾਫ ਹੈ, ਲਿਆਓ ਸਰੋਪਾ ਇਹਦੇ ਵਾਸਤੇ ਵੀ, ਹੋਏ ਹੈ ਸੁਣਾਏਗਾ ਕੀ, ਕੁਛ ਨਹੀਂ ਸੁਣ, ਹੈ ਗੱਲਾਂ ਬਾਤਾਂ ਕਰਨੀਆਂ ਹੈ, ਕੁਛ ਤਾਂ ਸੁਣਾ, ਹਰਿਆਣਵੀ ਹੈ, ਹਾਂਜੀ, ਸੁਣਾ ਦੇ ਕੋਈ ਰਾਗਣੀ ਰੁਗਣੀ ਟਾਈਪ, ਰਾਗਣੀ ਰੁਗਣੀ ਹੁੰਦੀ, ਉਹ ਯਾਰ ਕਿਹਦਾ ਫੋਨ, ਪ੍ਰਧਾਨ ਦਾ ਜੀ, ਕਿਹੜਾ ਪ੍ਰਧਾਨ ਦਾ, ਕਾਲਜ ਦਾ, ਇਹ ਗੰਦੇ ਹੁੰਦੇ ਆ, ਇੱਕ ਕੁੜੀ ਦਾ ਨਾ ਫੀਡ ਪਤਾ ਕਿਵੇਂ ਕਰਦੇ, ਜੋਗਾ ਟੂਟੀਆਂ ਵਾਲਾ, ਪ੍ਰਕਾਸ਼ ਨਾਈ, ਉਹੀ ਚੀਜ਼ ਹੈ ਪ੍ਰਧਾਨ, ਉਹੀ ਹੈ ਮੈਨੂੰ ਪਤਾ, ਹਾਂਜੀ ਉਹੀ ਹੈ ਨਾ, ਨਾ ਜੀ ਕੁੜੀ ਹੈਗੀ ਨੀ, ਹਾਂਜੀ
ਨੰਬਰ ਚ ਹੀ ਨਹੀਂ ਹੈ ਕੁੜੀ ਦਾ ਕੋਈ ਹੈ ਨਹੀਂ ਫੋਨ ਲਿਸਟ ਚ ਕਿੰਨੇ ਨੰਬਰ ਨੇ ਤੇਰੇ ਮੇਰੇ ਹੋ ਗਏ 300-400 ਇੱਕ ਵੀ ਕੁੜੀ ਨਹੀਂ ਨਹੀਂ ਆਧਾਰ ਕਾਰਡ ਦੇ ਫੋਟੋ ਸਾਫ ਕਰਾ ਫਿਰ ਤੂੰ ਜਾ ਕੇ ਕੋਈ ਗੱਲ ਨਹੀਂ ਨੈਕਸਟ ਆ ਜਾ ਬਾਈ ਕੀ ਹਾਲ ਹੈ ਵਧੀਆ ਵੀਰੇ ਹਾਲ ਤਾਂ ਹੱਲੀ ਜਾਂਦੇ ਆ ਚਾਲ ਚੱਲੀ ਜਾਂਦੇ ਆ ਜਵਾਕ ਕਹੀ ਜਾਂਦੇ ਆ ਚਾਚਾ ਤੇ ਬਸ ਚੱਲੀ ਜਾਂਦਾ ਧੱਕਾ ਜਾ ਹਾਂਜੀ ਜਦੋਂ ਅਸੀਂ ਅੰਦਰ ਕਾਲਜ ਦੇ ਵਿੱਚ ਆਏ ਤਾਂ ਇਹ ਗੱਭਰੂ ਨੇ ਇਸ ਮੁੰਡੇ ਨੇ ਸਾਡੀ ਇੰਨੀ ਹੈਲਪ ਕੀਤੀ ਸੂਹਿਆਂ ਨੂੰ ਇਕੱਠਾ ਕਰਨ ਦੇ ਵਿੱਚ ਤੇ ਸਾਰੀ ਮਤਲਬ ਮੈਨੇਜਮੈਂਟ ਸਾਂਭ ਰਿਹਾ ਤੇ ਟੈਲੈਂਟਡ ਵੀ ਆ ਮੁੰਡਾ ਥੀਏਟਰ ਕਰਦੇ ਹੋ ਹਾਂਜੀ ਥੀਏਟਰ ਕਿਉਂਕਿ ਤੁਹਾਡਾ ਪਾਣਾ ਤਾਣਾ ਦੱਸ ਰਿਹਾ ਕਿਉਂਕਿ ਥੀਏਟਰ ਆਰਟਿਸਟ ਹੁੰਦੇ ਨਾ ਉਹ ਕੱਪੜੇ ਦੀ ਭੋਰਾ ਪਰਵਾਹ ਨਹੀਂ ਕਰਦਾ ਮੈਂ ਵੀ ਹੈਗਾ ਮੈਂ ਤਾਂ ਪਾਇਆ ਮੈਂ ਸ਼ੋਅ ਕਰਨਾ ਸੀਗਾ ਅੱਛਾ ਅੱਛਾ ਕਰੋ ਫਿਰ ਦਿਖਾਓਗੇ ਕੱਲ ਆਪਣੀ ਮੈਂ ਸ਼ੁਰੂ ਦੀ ਗੱਲ ਦੱਸਦਾ ਸਵੇਰੇ ਸਵੇਰੇ ਮੇਰੇ ਕੋਲ ਕਾਲ ਆਈ ਆ ਸਰ ਦੀ ਤੇ ਸਰ ਨੇ ਆਉਣ ਸਾਰ ਕਹਿੰਦੇ ਨਾ ਯਾਰ ਰੰਗਲਾ ਟੀਵੀ ਵਾਲੇ ਆ ਰਹੇ ਮੈਨੂੰ ਕਹਿੰਦੇ ਪੀਟੀਸੀ ਪੰਜਾਬੀ ਵਾਲੇ ਆਡੀਸ਼ਨ ਲੈਣ ਨੂੰ ਉਹਨਾਂ ਨੇ ਇੱਕ ਸੀਰੀਜ਼ ਸ਼ੁਰੂ ਕਰਨੀ ਆ ਤੇ ਤੈਨੂੰ ਕਹਿੰਦਾ ਐਕਟਰ ਲਾਉਣਾ ਮੈਂ ਕਿਹਾ ਮੈਂ ਤਾਂ ਫਿਰ ਆ ਗਿਆ ਮੈਂ ਕਿਹਾ ਐਕਟਰ ਤਾਂ ਫਿਰ ਸਿੱਧੇ ਜਾਂਦੇ ਹੁੰਦੇ ਆ ਅਗਲਾ ਆਪੀ ਕੋਸਟਿਊਮ ਪਵਾ ਲੂ ਜੇ ਐਕਟਿੰਗ ਕਰਾਉਣੀ ਹੋਈ ਤਾਂ ਮੈਂ ਆ ਗਿਆ ਭਰਾਵਾ ਇੱਥੇ ਆ ਕੇ ਪਤਾ ਲੱਗਿਆ ਵੀਰ ਸਮਰੀ ਆ ਰਿਹਾ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਬਾਈ ਨੂੰ ਸੋ ਮੈਂ ਇੱਕ ਸੌਂਗ ਤੁਹਾਨੂੰ ਸੁਣਾਉਣਾ ਚਾਹਾਂਗਾ ਮੇਰਾ ਆਪਦਾ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਸੌਂਗ ਉਹ ਕਰਨ ਦੀ ਮਾਂ ਸੌਂਗ ਆ ਸਭ ਨੇ ਹਾਸੇ ਖੇਡਿਆ ਹੋ ਗਿਆ ਮੈਂ ਇੱਕ ਇਮੋਸ਼ਨਲੀ ਸੌਂਗ ਕਰਨਾ ਚਾਹਾਂ ਹਾਂ ਮਾਏ ਨੀ ਮਾਏ ਮੈਂ ਬਾਤ ਦਿਲ ਦੀ ਸੁਣਾਵਾਂ ਤੂੰ ਏ ਮੇਰਾ ਰੱਬ ਮੰਗਾਂ ਤੇਰੇ ਤੋਂ ਦੁਆਵਾਂ ਮਾਏ ਨੀ ਮਾਏ ਮੈਂ ਬਾਤ ਹੋ ਦਿਲ ਦੀ ਸੁਣਾਵਾਂ ਤੂੰ ਏ ਮੇਰਾ ਰੱਬ ਮੰਗਾਂ ਤੇਰੇ ਤੋਂ ਦੁਆਵਾਂ ਹੋ ਤੂੰ ਏ ਮੇਰਾ ਰੱਬ ਮਾਂ ਮੈਂ ਤੈਨੂੰ ਮੰਨਦਾ ਮੈਂ ਵੇਖਿਆ ਨਾ ਰੱਬ ਨੀ ਉਹ ਕਿਹੜੇ ਟਾਂਗੀ ਦਾ ਤੂੰ ਏ ਮੇਰਾ ਰੱਬ ਮਾਂ ਮੈਂ ਤੈਨੂੰ ਮੰਨਦਾ ਮੈਂ ਵੇਖਿਆ ਨਾ ਰੱਬ ਨੀ ਉਹ ਕਿਹੜੇ ਟਾਂਗੀ ਦਾ ਲਿਆ ਸੀ ਜਨਮ ਜਦੋਂ ਤੇਰੀ ਕੁੱਖੋਂ ਮਾਂ ਮੇਰੇ ਸਿਰੇ ਉੱਤੇ ਸੀਗਾ ਤੇਰਾ ਪਰਛਾਵਾਂ ਮਾਏ ਨੀ ਮਾਏ ਮੈਂ ਬਾਤ ਉਹ ਦਿਲ ਦੀ ਸੁਣਾਵਾਂ ਤੂੰ ਏ ਮੇਰਾ ਰੱਬ ਮੰਗਾਂ ਤੇਰੇ ਤੋਂ ਦੁਆਵਾਂ ਹੋ ਇਸ ਮੁੰਡੇ ਦੇ ਨਾਂ ਦੀਆਂ ਤਾੜੀਆਂ ਤੇ ਆਪੋ ਆਪਣੀ ਮਾਂ ਦੇ ਨਾਂ ਦੀਆਂ ਤਾੜੀਆਂ ਲਾ ਦਿਓ ਇੱਕ ਵਾਰੀ ਜਿਹੜਾ ਜਿਹੜਾ ਮਾਂ ਨੂੰ ਪਿਆਰ ਕਰਦਾ ਤੇ ਜਿਹੜਾ ਜਿਹੜਾ ਮਾਂ ਨੂੰ ਪਿਆਰ ਕਰਦਾ ਤੇ ਉਹਦੇ ਅੰਦਰ ਕੋਈ ਟੈਲੈਂਟ ਹੈਗਾ ਤੇ ਉਹ ਇੱਥੇ ਆ ਕੇ ਨਹੀਂ ਦੱਸ ਰਿਹਾ ਨਹੀਂ ਦਿਖਾ ਰਿਹਾ ਉਹਨੂੰ ਵੀ ਉਹਦੀ ਮਾਂ ਦੀ ਸੁਣਾ ਫਿਰ